ਨਾਓ ਕੀ ਹਾਲ ਚਾਲ ਆ? ਮੈਂ ਵੀ ਠੀਕ ਹਾਂ ਤੇ ਉਮੀਦ ਕਰਵਾ ਕਿ ਆਪ ਵੀ ਠੀਕ ਹੋਵਾਂਗੇ। ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਅੱਛੀ ਵੀਡੀਓ ਦੇ ਗਾਹ ਕਰਨ ਲੱਗਿਆ। ਮੈਂ ਇੱਕ ਬਹੁਤ ਹੀ ਅੱਛੀ ਗੱਲ ਤੁਹਾਨੂੰ ਬਤਾਊਂਗਾ ਕਿ ਤੁਹਾਨੂੰ ਉਸ ਬਾਰੇ ਤੇ ਅਮਲ ਕਰਨਾ। ਉਸ ਤੋਂ ਪਹਿਲਾਂ ਜਿਹੜੇ ਮੇਰੇ ਭਾਈ ਮੇਰੇ ਯੂਟਿਊਬ ਚੈਨਲ ਪਰ ਨਵੇਂ ਆ, ਉਹ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਾਂ, ਲਾਈਕ ਕਰਾਂ, ਕਮੈਂਟ ਕਰਾਂ। ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਾ, ਅੱਗਾ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਸ਼ੇਅਰ ਕਰਨਾ। ਉਸ ਤੋਂ ਪਰ ਤਾਂ ਯਾਰੋ, ਅੱਜ ਮੈਂ ਗਾਣਾ ਸੁਣ ਰਿਹਾ ਤਾ, ਸ਼ੁਰੂ ਸ਼ੁਰੂ ਮੈਂ ਗਾਣੇ ਸੁਣੇ ਸਿੰਗੇ ਕੇ ਉਸਕੇ, ਤੁਹਾਨੂੰ ਪਤਾ ਹੋਣਾ ਸਿੰਗੇ ਕਾ, ਬੜੇ ਗਾਣੇ ਆਏ ਸਿੰਗੇ ਕੇ, ਬੜਾ ਹਿੱਟ ਹੋਇਆ, ਬੜਾ ਨਾਮ ਚੱਲਿਆ ਸਿੰਗੇ ਕਾ। ਉਸ ਤੋਂ ਪਰ ਤਾਂ ਜੀ ਆ ਗਿਆ ਆਪਣਾ ਸਿੱਧੂ, ਸਿੱਧੂ ਬੜਾ ਨਾਮ ਚੱਲਿਆ। ਦੇਖਾਂਗੇ ਟਰੈਕਟਰਾਂ ਪਾ, ਟਰਾਲੀਆਂ ਪਾ, ਉਰਾਂ ਪਰਾਂ ਐਰਾ ਵਗੈਰਾ, ਸਿੱਧੂ ਕੇ ਗਾਣੇ ਚੱਲ ਰਹੇ ਆ ਜੀ। ਕਾਲੀ ਗੱਡੀਆਂ ਕਾਲੇ ਰੂਟ ਨੇ, ਡਰਾਈ ਕਲੈਬ ਤੇਰੇ ਸੂਏ ਸੂਏ ਰੰਗਾਂ ਦਾ ਸ਼ਿਕਾਰ ਹੋ ਗਿਆ। ਉਸ ਤੋਂ ਪਰਤ ਫਿਰ ਗਾਣੇ ਚੱਲਦੇ ਰਹੇ, ਵਾਮ ਸਿੱਧੂ ਮੂਸੇਵਾਲੇ ਦੀ ਫੈਨ ਹੁੰਦੀ ਰਹੀ। ਉਸ ਤੋਂ ਪਰਤ ਇੱਕ ਬੰਦਾ ਨਵਾਂ ਉੱਠ ਗਿਆ ਜੀ, ਕਰਨ ਔਜਲਾ, ਉਸਕੇ ਗਾਣੇ ਚੱਲੇ ਚਾਰ ਦਿਨ। ਉਸ ਤੋਂ ਪਰਤ ਕਾਸ਼ ਕਰਨ ਔਜਲੇ ਕੀ ਵਾਮ ਗਾਣੇ ਸੁਣਦੀ ਰਹੀ। ਫਿਰ ਆਰਨੇਤ ਕੀ ਵੀਡੀਓ ਚਲੀ ਗਈਆਂ, ਆਰਨੇਤ ਨੇ ਸੌਂਗ ਕੱਢੇ ਆਪਣੇ, ਆਰਨੇਤ ਫੇਮਸ ਹੁੰਦਾ ਰਿਹਾ। ਅਤੇ ਇੱਕ ਕਾਕਾ ਜਿਵੇਂ ਤੁਹਾਨੂੰ ਪਤਾ ਅੱਜ ਨਵੇਂ ਜਿਹਨੇ ਜਿਸਕਾ ਗਾਇਆ, ਕਾਲੇ ਜਿਹੇ ਲਿਬਾਸ ਦੀ ਸ਼ਕੀਨ ਨੇ ਕੁੜੀ, ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ, ਉਸਕੀ ਵੀਡੀਓ ਚੱਲੀਆਂ ਅੱਜ ਕੱਲ੍ਹ। ਉਸ ਤੋਂ ਬਾਅਦ ਤਵਾਮ ਦੇਖ ਲਏ, ਇੱਕ ਆਮ ਸਾ ਬੰਦਾ ਸਾ, ਉਹਨੇ ਆਪਣਾ ਟੈਲੈਂਟ ਦਿਖਾਇਆ, ਉਹਦੇ ਅੱਜ ਹਿੱਟ ਹੋ ਗਿਆ। ਅਤੇ ਮੈਂ ਉਸਕੇ ਇਸਤਰੀ ਬਾਰੇ ਬਾਬਾ ਤਾਂ ਉਸਕਾ ਇੰਟਰਵਿਊ ਸੁਣਿਆ ਤਾ, ਉਹ ਕਹਿ ਰਿਹਾ ਮੈਂ ਆਪਣੀ ਸ਼ੁਰੂ ਤੋਂ ਇਸ ਕੰਮ ਮਿਹਨਤ ਕਰ ਰਿਹਾ ਤਾ ਅਤੇ ਅੱਲਾ ਨੇ ਅੱਜ ਮੈਨੂੰ ਰੰਗ ਲਾ ਦਈਏ ਆ। ਅਤੇ ਇਸ ਕਰਕੇ ਮੇਰੇ ਭਾਈ ਉਤਾਰੇ ਵੀ ਤੁਹਾਨੂੰ ਵੀ ਚਾਹੀਦਾ, ਜਿਹੜੇ ਕੰਪਨੀ ਲੱਗ ਜਾ ਜਿਸ ਪਰ ਫੋਕਸ ਕਰਨਾ, ਉਹਨੂੰ ਕਿਹਾ ਗੌਰ ਕਰਿਆ ਕਰੋ, ਉਸ ਪਰ ਤਵੱਜੋ ਦਿਆ ਕਰੋ, ਬਸ ਮੰਜ਼ਿਲ ਪਤਾ ਲੱਗਦਾ ਕਿ ਮੈਨੇ ਉਹੀ ਕੰਮ ਕਰਨਾ, ਮੈਨੂੰ ਦੂਸਰਾ ਕੰਮ ਨਹੀਂ ਕਰਨਾ। ਉਸ ਬੰਦੇ ਉਸ ਕੰਮ ਪਰ ਫੋਕਸ ਰਹੋ, ਉਸ ਕੰਮ ਡਟ ਕੇ ਕਰੋ ਤਾਂ ਕਿ ਕੰਮ ਹੋ ਸਕਾ। ਜੇ ਅਮਾਨੇ ਅੱਜ ਕੱਲ੍ਹ ਦੇਖਿਆ ਜੀ, ਦੇਖਿਆ ਜੀ ਜਿਹੜੇ ਕੰਮਾਂ ਨੇ ਫੋਕਸ ਕਰ ਲਿਆ, ਕੰਮ ਨਜ਼ਰ ਹੀ ਸਮਝ ਲਿਆ, ਮੈਨੇ ਫਲਾਣਾ ਕੰਮ ਕਰਨਾ, ਉਹ ਕਰਨ ਦੇ ਬਾਅਦ ਦੇਖਿਆ ਜੀ ਥੋੜ੍ਹਾ ਜਿਹਾ ਮੁਸ਼ਕਿਲ ਪੇਸ਼ ਆਈ ਅਤੇ ਉਹਨੂੰ ਮੈਂ ਹੀ ਛੋੜ ਦਾਂਗੇ। ਉਹਨੂੰ ਮੈਂ ਨਹੀਂ ਛੋੜਨਾ, ਜਾਂ ਮੁਸ਼ਕਿਲ ਪੇਸ਼ ਆਵਾ ਉਸਦਾ ਟੈਲੈਂਟ ਵਧਾਓ ਆਪਣਾ, ਉਸਨੂੰ ਹੋਰ ਕਰੋ, ਉਹਨੂੰ ਦੋ ਵਾਰੀ ਟਰਾਈ ਬਾ, ਦੋ ਵਾਰੀ ਟਰਾਈ ਬਾ, ਤਿੰਨ ਵਾਰੀ, ਚਾਰ ਵਾਰੀ, ਪੰਜ ਵਾਰੀ, ਛੇ ਵਾਰੀ, ਕਿਤਨੀਆਂ ਟਰਾਈਆਂ, ਆਖਰ ਇੱਕ ਵਾਰੀ ਮਤਲਬ ਕਾਮਯਾਬ ਹੋ ਸਕਾ। ਇਸ ਕਰਕੇ ਮੈਨੂੰ ਆਪਣੇ ਜਿਹੜੇ ਕੰਮ ਫੋਕਸ ਪਿੱਛਾ ਹੋ ਜਾਣਾ ਚਾਹੀਦਾ, ਉਹਨੂੰ ਪਿੱਛਾ ਨਹੀਂ ਛੋੜਨਾ ਚਾਹੀਦਾ, ਉਸ ਪਰ ਪੂਰੀ ਤਵੱਜੋ ਦੇਣੀ ਚਾਹੀਦੀ। ਇਸ ਕਰਕੇ ਮੇਰਾ ਭਾਈਆਂ ਵਾਸਤੇ ਪੈਗਾਮ ਆ, ਆਪਣੇ ਫੋਕਸ ਜਿਹੜੇ ਕੰਮ ਕਾ ਜਿਹੜੇ ਕੰਮ ਨੂੰ ਉਠਾਲਣਾ, ਆਪਣਾ ਗੋਲ ਬਣਾਓ ਆਪਣੀ ਜ਼ਿੰਦਗੀ ਦਾ, ਆਪਣਾ ਮਕਸਦ ਬਣਾਓ। ਬੇਕਾਰ ਜ਼ਿੰਦਗੀ ਗੁਜ਼ਾਰਨਾ ਇਨਸਾਨ ਜਿੱਤ ਨਹੀਂ ਹੈ, ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾ ਲਓ ਕਿ ਮੈਨੇ ਫਲਾਣੇ ਗੋਲ ਪਰ ਪਹੁੰਚਣਾ, ਫਲਾਣਾ ਮਕਸਦ ਕਰਨਾ, ਮੈਨੇ ਫਲਾਣਾ ਕੰਮ ਕਰਕੇ ਰਹਿਣਾ, ਉਹਨੂੰ ਤੁਹਾਨੂੰ ਕਰਨਾ। ਜੇ ਤਾਂ ਮਿਹਨਤ ਕਰਾਂਗੇ ਅੱਲਾ ਤਾਰੀ ਮਿਹਨਤ ਨੰਗ ਲਾ ਦੇਗਾ। ਜਿਸ ਤਰ੍ਹਾਂ ਅੱਜ ਕੱਲ੍ਹ ਕਾਕਾ ਜਿਸਕੇ ਕਾਲਾ ਕਾਲਾ ਕਾਲੇ ਜਿਹੇ ਲਿਬਾਸ ਦੀ ਸ਼ਕੀਨੇ ਨੇ ਕੁੜੀ, ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਦਾ, ਉਹਨੇ ਮਿਹਨਤਾਂ ਕਰੀਆਂ ਅਤੇ ਅੱਲਾ ਨੇ ਉਸਕੇ ਰੰਗ ਲਾ ਦਈਏ ਆ। ਇਸ ਕਰਕੇ ਮੈਨੂੰ ਵੀ ਮਿਹਨਤਾਂ ਕਰਨੀਆਂ ਅਤੇ ਅੱਲਾ ਮੈਨੂੰ ਵੀ ਰੰਗ ਲਾ ਦੇਗਾ। ਇਸ ਕਰਕੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਾ, ਤੁਹਾਨੂੰ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਅਤੇ ਮੈਨੂੰ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਉਸ ਤੋਂ ਬਾਅਦ ਦੋਸਤਾਂ ਨੂੰ ਵੀ ਆਪਣਾ ਕਹਿਣਾ, ਜਿਤਨੇ ਵੀ ਵਗੈਰਾ ਦੋਸਤ ਆ ਉਹਨਾਂ ਨੂੰ ਸਬਸਕ੍ਰਾਈਬ ਕਰਾਉਣਾ ਅਤੇ ਘੰਟੀ ਦਾ ਨਿਸ਼ਾਨ ਜ਼ਰੂਰ ਵਜਾਉਣਾ ਤਾਂ ਕਿ ਮੇਰੀ ਹਰ ਵੀਡੀਓ ਆਪ ਤੱਕ ਪਹੁੰਚਦੀ ਰਹਾ। ਚੰਗਾ, ਖੁਦਾ ਹਾਫਿਜ਼।